अल्लाह के यहाँ टूटे हुए दिलों की बहुत कदर है। अल्लाह ताला अपने बंदों को अपने सरशारी की तरफ देखना चाहता है। अपने अल्लाह कहते हैं कि ना काटो, छुरी के रकाम को काटने का है। हजरत इब्राहिम को छुरी ने जवाब दिया, आपका जो काम जलाना था तो आपको जलाया क्यों नहीं। ਖੁਸ਼ੀ ਦੀ ਗੱਲ ਹੈ ਕਿ ਅੱਜ ਈਦ ਦਾ ਦਿਨ ਚੜ੍ਹਿਆ, ਈਦ ਦਾ ਤਿਉਹਾਰ ਹੈ। ਮੈਂ ਸਾਰੇ ਮਾਨਵਤਾ ਨੂੰ, ਸਾਰੇ ਪੰਜਾਬੀਆਂ ਨੂੰ ਈਦ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਅੱਜ ਅਸੀਂ ਜਲੰਧਰ ਦੇ ਵਿੱਚ ਈਦ ਮਨਾਉਣ ਦੇ ਮੌਕੇ 'ਤੇ ਸਾਰੇ ਜਣੇ ਪਹੁੰਚੇ ਹੈ, ਨਵਾਜ਼ ਪੜ੍ਹੀ ਗਈ ਹੈ ਅਤੇ ਪੂਰੀ ਮਾਨਵਤਾ ਦੀ ਖੁਸ਼ਹਾਲੀ ਦੇ ਲਈ ਇੱਥੇ ਅਰਦਾਸ ਕੀਤੀ ਗਈ ਹੈ ਅਤੇ ਏਕਤਾ ਸਾਰਿਆਂ ਦੇ ਇਕੱਠੇ ਰਹਿਣ ਦੀ ਸਦਭਾਵਨਾ ਦੀ ਅਰਦਾਸ ਕੀਤੀ ਗਈ ਹੈ। ਮੈਨੂੰ ਆ ਕੇ ਇੱਥੇ ਬੜੀ ਖੁਸ਼ੀ ਹੋਈ। ਮੈਂ ਇੱਕ ਵਾਰ ਫਿਰ ਸਾਰਿਆਂ ਨੂੰ ਬਹੁਤ ਬਹੁਤ ਈਦ ਦੀ ਮੁਬਾਰਕਬਾਦ ਦਿੰਦਾ। ਹਾਂਜੀ ਹਾਂ, ਨਾਲ ਖੜ੍ਹੇ ਹੋ ਕੇ ਸਾਰਿਆਂ ਨੇ ਅਰਦਾਸ ਕੀਤੀ ਹੈ ਕਿ ਸਾਰੇ ਖੁਸ਼ਹਾਲ ਰਹਿਣ ਅਤੇ ਸਾਰੇ ਏਕਤਾ ਔਰ ਸਦਭਾਵਨਾ ਦੇ ਨਾਲ ਇੱਥੇ ਦਾ ਮਾਹੌਲ ਰਹੇ, ਸਾਰਿਆਂ ਦੇ ਦਿਲਾਂ ਦੇ ਵਿੱਚ ਖੁਸ਼ੀ ਔਰ ਪਿਆਰ ਰਹੇ। ਸੀਐਮ ਸਾਹਿਬ, ਕੱਲ ਤੁਸੀਂ ਹਿਮਾਚਲ ਦੇ ਸੀਐਮ ਸਾਹਿਬ ਨਾਲ ਵੀ ਗੱਲਬਾਤ ਕੀਤੀ, ਉਹ ਬਾਅਦ 'ਚ ਕਰ ਲਾਂਗੇ ਆਪਾਂ ਈਦ ਦੀ ਗੱਲ ਕਰੀਏ। ਦੱਸ ਦਿਓ ਪਲੀਜ਼। ਉਹ ਵੀ ਮੈਂ ਕੱਲ ਹਿਮਾਚਲ ਦੇ ਮੁੱਖ ਮੰਤਰੀ ਸੁੱਕੂ ਜੀ ਨਾਲ ਗੱਲਬਾਤ ਕੀਤੀ ਹੈ। ਜਿਹੜਾ ਹਿਮਾਚਲ ਦੇ ਵਿੱਚ ਇੱਕ ਅਣਸੁਖਾਵੀ ਘਟਨਾ ਵਾਪਰੀ ਹੈ, ਉਸ ਦੇ ਤਹਿਤ ਉਹਨਾਂ ਨੂੰ ਮੈਂ ਗੱਲ ਕੀਤੀ ਅਤੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਵਾਇਆ ਕਿ ਜਿਹੜੇ ਵੀ ਇਸ ਤਰ੍ਹਾਂ ਦੇ ਲੋਕ ਹੈ, ਜਿਹੜੇ ਨਫ਼ਰਤ ਫੈਲਾ ਰਹੇ ਆ, ਉਹਨਾਂ 'ਤੇ ਸਖਤ ਕਾਰਵਾਈ ਕੀਤੀ ਜਾਏਗੀ। ਅਤੇ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਅਤੇ ਉਹਨਾਂ ਨੇ ਵੀ ਇਸ ਗੱਲ ਦੀ ਖਵਾਹਿਸ਼ ਜਾਰੀ ਕੀਤੀ ਹੈ ਔਰ ਅਪੀਲ ਕੀਤੀ ਹੈ ਲੋਕਾਂ ਨੂੰ ਕਿ ਹਿਮਾਚਲ ਅਤੇ ਪੰਜਾਬੀਆਂ ਦਾ ਹਮੇਸ਼ਾ ਤੋਂ 9 ਮਾਸ ਦੇ ਰਿਸ਼ਤੇ ਦੇ ਵਾਂਗੂ ਪਿਆਰ ਰਿਹਾ ਅਤੇ ਇਸ ਪਿਆਰ ਨੂੰ ਆਪਾਂ ਨੇ ਬਣਾ ਕੇ ਰੱਖਣਾ। ਜਿਹੜੇ ਲੋਕ ਨਫ਼ਰਤ ਫੈਲਾਉਂਦੇ ਹੈ, ਉਹਨਾਂ ਦੇ ਬਹਿਕਾਵੇ ਵਿੱਚ ਨਾ ਆ ਕੇ ਅਸੀਂ ਪਿਆਰ ਦੇ ਵਿੱਚ ਰਹਿਣਾ ਅਤੇ ਇੱਕ ਦੂਜੇ ਦਾ ਸਤਿਕਾਰ ਕਰਨਾ। ਸਾਨੂੰ ਹਿਮਾਚਲੀਆਂ ਦੀ ਅਤੇ ਹਿਮਾਚਲ ਦੀ ਸਾਨੂੰ, ਅਸੀਂ ਪੁਰਾਣੇ ਪੰਜਾਬੀ ਹਾਂ, ਸਾਨੂੰ ਇੱਕ ਦੂਸਰੇ ਦੀ ਲੋੜ ਹੈ। ਅਸੀਂ ਹਮੇਸ਼ਾ ਇਕੱਠੇ ਰਹਿਣਾ ਅਤੇ ਇਕੱਠੇ ਹੀ ਹਮੇਸ਼ਾ ਰਹਾਂਗੇ। ਕਿਸੇ ਤਰ੍ਹਾਂ ਦੀ ਨਫ਼ਰਤ ਦੀ ਭਾਵਨਾ ਸਾਡੇ ਵਿਚਕਾਰ ਜਿਹੜੇ ਗਲਤ ਅਨਸਰ ਪੈਦਾ ਕਰਨਾ ਚਾਹੁੰਦੇ ਹੈ, ਉਹਨਾਂ ਦੇ ਕਹੇ 'ਤੇ ਨਹੀਂ ਹੋਏਗੀ। ਇਹੀ ਗੱਲ ਮੁੱਖ ਮੰਤਰੀ ਜੀ ਹਿਮਾਚਲ ਦੇ ਨਾਲ ਹੋਈ ਹੈ ਅਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਇੱਥੇ ਹਰ ਤਰੀਕੇ ਦੀ ਸਦਭਾਵਨਾ ਪਿਆਰ ਰਹੇਗਾ। ਜਿਹੜੇ ਲੋਕ ਇਸ ਤਰ੍ਹਾਂ ਦੀ ਗੱਲ ਕਰਨਗੇ, ਉਹਨਾਂ 'ਤੇ ਸਖਤ ਕਾਰਵਾਈ ਕੀਤੀ ਜਾਏਗੀ। ਲੱਗਦਾ ਕੰਗਣਾ ਦੇ ਬਿਆਨਾਂ ਤੋਂ ਬਾਅਦ ਹੀ ਇਹ ਸਾਰਾ ਕੁਝ, ਇਹ ਬੀਜੇਪੀ ਦੀ ਨਫ਼ਰਤ ਦੀ ਰਾਜਨੀਤੀ ਹੈ ਜਿਹੜੀ ਕਿ ਉਹ ਜਾਣ ਬੁੱਝ ਕੇ ਫੈਲਾਉਂਦੇ ਹੈ। ਆਪਾਂ ਨੇ ਇਸ ਤਰ੍ਹਾਂ ਦੀ ਰਾਜਨੀਤੀ ਵਿੱਚ ਨਹੀਂ ਆਉਣਾ, ਅਸੀਂ ਪਿਆਰ ਦੇ ਵਿੱਚ ਰਹਿਣਾ। ਚੌਧਰੀ ਸਾਹਿਬ, ਇੱਕ ਦੱਸੋ, ਪਾਣੀ ਦਾ ਸੰਕਟ ਬਹੁਤ ਜ਼ਿਆਦਾ ਹੋ ਰਿਹਾ, ਕਈ ਜਗ੍ਹਾ ਪਾਣੀ ਬਹੁਤ ਘਟਦਾ ਜਾ ਰਿਹਾ, ਇਹਦੇ ਵਾਸਤੇ ਲੋਕਾਂ ਨੂੰ ਪਵਿੱਤਰ ਜਵਾਰ ਹੈਗਾ, ਜ਼ਰੂਰੀ ਆ ਪਾਣੀ, ਬਹੁਤ ਜ਼ਰੂਰੀ ਹੈ। ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਬਾਣੀ ਵਿੱਚ ਵੀ ਆਉਂਦਾ ਹੈ ਅਤੇ ਸਾਨੂੰ ਵੀ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਪਾਣੀ ਦੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਸਾਂਭ ਸੰਭਾਲ ਕਰੀਏ ਅਤੇ ਪਾਣੀ ਉਨਾ ਵਰਤੀਏ ਜਿੰਨੇ ਦੀ ਲੋੜ ਹੈ। ਅਤੇ ਜਿਹੜਾ ਪਾਣੀ ਥੱਲੇ ਨੂੰ ਘਟਦਾ ਜਾ ਰਿਹਾ, ਇਹਦੀ ਚਿੰਤਾ ਕਰੀਏ ਅਤੇ ਇਸ ਦੇ ਹੱਲ ਲੱਭੀਏ।
ਸੋ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਦੇ ਯੋਗ ਹੱਲ ਲੱਭ ਕੇ ਸਹੀ ਤਰੀਕੇ ਦੇ ਨਾਲ ਪਾਣੀ ਦੀ ਵਰਤੋਂ ਔਰ ਇਹਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।